सब्सक्राइब टू आवर यूट्यूब चैनल, प्रेस द बेल आइकन टू गेट द लेटेस्ट अपडेट। भारतीय किसान यूनियन कादियां वालों आज पिंड वडाला ग्रंथिया विखे एक विशेष मीटिंग की गई, जिस जिला गुरदासपुर के ब्लाक के वक् वक् किसान आगू और किसान शामिल हुए। उत्थे ही किसानों वालों पंजाब सरकार नूं अपील की गई सी कि जो उन्हां हड़ प्रभावित इलाकों जाके पिंडां दे किसानां अते मजदूरां दे घरां अते फसलां दी बर्बादी देखी है अते उसका मुआवजा देने का ऐलान किया है, वह जल्द प्रभावित किसानों अते मजदूरों नूं दिता जाए। अते उन्हें कहा कि जो पंजाब सरकार वालों किसानों के हक चो दसवां हिस्सा मजदूरों नूं देने की गल की गई सी वह सही नहीं, बल्कि होना यह चाहिए है कि जिस किसी का भी जो नुकसान होया है वह भावें किसान है या मजदूर उसनों पूरा मुआवजा मिले ता जो वह उन्हां दा मुड़ वसेबा हो सके। उत्थे ही उन्हां केंद्र सरकार ते शब्दी हमले करदे होए कहा कि केंद्र कदे भी पंजाब दे किसान दे नाल नहीं खड़ा होया, जबकि यह कुदरत दी मार है, लेकिन केंद्र सरकार किसी भी तरह की मदद लई अगे नहीं आई। दो तीन मुद्दे आ, एक ते हरी सड़क जिहड़ी बटाला कादियां रोड चौड़ी हो रही आ, असीं बड़ी वारी कहा वा कि ये लागू जिहड़े बूटे आ 3 तों 4 फुट जिन्नी तुसीं चौड़ी करदे हो ते 4 फुट होर हटवे जिहड़े वड्डे जाण, ਤਾਂ ਕਿ ਜਿਹੜਾ ਇੱਕ ਹਾਦਸਿਆਂ ਦਾ ਕਾਰਨ ਨਾ ਬਣੇ। ਇੱਕ ਬਹੁਤ ਵੱਡੇ ਹਾਦਸੇ ਦਾ ਕਾਰਨ ਨੂੰ ਜਨਮ ਦੇ ਰਹੀ ਹੈ ਜਿਹੜੀ ਸੜਕਾਂ ਚੌੜੀ ਕਰ ਰਹੇ ਆ, ਜਿਹੜਾ ਬਿਲਕੁਲ ਬੂਟਾ ਕੰਢੇ ਦੇ ਉੱਤੇ ਰਹਿਣਾ ਵਾ 2-4 ਇੰਚ 5 ਇੰਚ, ਉਹ ਜਦੋਂ ਪਿੱਛੋਂ ਗੱਡੀ ਵਾਲੇ ਆਉਣਾ ਮੋਟਰਸਾਈਕਲ ਵਿਚਾਰ ਨੇ ਆਪਣਾ ਮੋਟਰਸਾਈਕਲ ਕਿੱਥੇ ਕੱਚੇ ਲਾਉਣਾ ਵਾ, ਜਦੋਂ ਜ਼ਿਮੀਂਦਾਰ ਨੇ ਗੰਨਾ ਖੜਨਾ ਵਾ ਪਿੱਛੋਂ ਹਾਰਨ ਵਾ, ਜਿਹਨਾਂ ਨੇ ਕਹਿਣਾ ਤੁਸੀਂ ਟਰਾਲੀ ਥੱਲੇ ਲਾਉਂਦੇ, ਇੱਕ ਪੱਤ ਦਾ ਕਾਰਨ ਬਣਨਾ ਵਾ, ਜ਼ਿਮੀਂਦਾਰ ਨੇ ਥੱਲੇ ਟਰਾਲੀ ਲਾ ਕੇ ਗੰਨਾ ਨਾਲ ਥੋੜ੍ਹਾ ਆਉਣਾ ਪੈਦਿਆਂ ਦੇ। ਇਸ ਕਰਕੇ ਜੇ ਸੜਕ ਚੌੜੀ ਕਰ ਰਹੇ ਆ ਬਹੁਤ ਚੰਗੀ ਗੱਲ ਆ, ਪਰ ਸਰਕਾਰ ਨੂੰ ਚਾਹੀਦਾ ਇਹਨੂੰ 5 ਫੁੱਟ ਜਿਹੜੇ ਬੂਟੇ ਪਿੱਛੇ ਗਾਂ ਹੋਰ ਵਧਾਵੇ। ਦੂਸਰਾ ਸਾਡਾ ਜਿਹੜਾ ਮੁੱਦਾ ਵਾ ਅੱਜ ਤੁਹਾਨੂੰ ਨਹੀਂ ਵੀ ਜਿਹੜਾ ਦਸਵਾਂ ਹਿੱਸਾ ਮਜ਼ਦੂਰ ਨੂੰ ਦੇਣਾ ਵਾ, ਮਜ਼ਦੂਰ ਦਾ ਦਸਵੇਂ ਹਿੱਸੇ ਨਾਲ ਬੰਨਾ ਕੀ ਆ? ਜੇ ਕਿਸਾਨ ਨੂੰ 10,000 ਰੁਪਇਆ ਮਿਲਦਾ ਤਾਂ ਮਜ਼ਦੂਰ ਨੂੰ 1,000 ਰੁਪਇਆ ਆਉਣਾ ਉਹਦੇ 'ਚੋਂ, ਅਤੇ ਮਜ਼ਦੂਰ 1,000 ਰੁਪਏ ਨੂੰ ਲੈ ਕੇ ਕਰੇਗਾ ਕੀ? ਜਿੰਨਾ ਜੇ ਕਿਤੇ ਕੋਠਾ ਢਹਿ ਗਿਆ, ਜੇ ਕਿਤੇ ਕੋਈ ਪਸ਼ੂ ਮਰ ਗਿਆ ਰੁੜ ਗਿਆ ਵਾ, ਉਹਦਾ ਜਾਨੀ ਮਾਲੀ ਨੁਕਸਾਨ ਹੋ ਗਿਆ ਜ਼ਿਆਦਾ ਲੋੜ ਤੋਂ, ਉਹ 1,000 ਰੁਪਏ ਨੂੰ ਦੱਸੋ ਕੀ ਕਰੇਗਾ? ਸਰਕਾਰ ਨੇ ਜੇ ਮੁਆਵਜ਼ਾ ਦੇਣਾ ਵਾ, ਜੇ ਚਾਹੁੰਦੀ ਵਾ ਕਿ ਆਪਣੀ ਜਨਤਾ ਦੀ ਮਦਦ ਕਰਨੀ ਅਤੇ ਜੋ ਉਹਨਾਂ ਦਾ ਨੁਕਸਾਨ ਬਣਦਾ ਉਹਦਾ ਸਰਵੇ ਕਰਾਇਆ ਜਾਏ, ਉਹਨਾਂ ਨੂੰ ਉਹਨਾਂ ਦਾ ਬਣਦਾ ਪੂਰਾ ਮੁਆਵਜ਼ਾ ਦਿੱਤਾ ਜਾਏ ਮਜ਼ਦੂਰ ਨੂੰ ਵੀ। ਕੇਂਦਰ ਸਰਕਾਰ ਵੱਲੋਂ ਕੋਈ ਰਾਹਤ ਨਹੀਂ ਮਿਲੀ, ਨਾ ਕਦੀ ਮਿਲੀ ਹੈ ਨਾ ਕਾ ਮਿਲਦੀ, ਸਾਨੂੰ ਉਮੀਦ ਹੀ ਆ ਪੰਜਾਬ ਨੂੰ, ਕਿਉਂਕਿ ਪੰਜਾਬ ਨੂੰ ਕੇਂਦਰ ਨੇ ਕਦੀ ਵੀ ਕੋਈ ਰਾਹਤ ਨਹੀਂ ਦਿੱਤੀ, ਅਤੇ ਜੇ ਇਹਨਾਂ ਨੂੰ ਕੋਈ ਲਿਆਉਣਾ ਨਹੀਂ ਅਤੇ ਇਹਨਾਂ ਅੱਗੇ ਜ਼ਿਮੀਂਦਾਰਾਂ ਨੂੰ ਦੇਣਾ ਕੀ? ਅਜੇ ਤੱਕ ਜਿਹੜੀਆਂ ਗਦਾਫਰੀਆਂ ਨਹੀਂ ਹੋਈਆਂ, ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਨੇ, ਨਾ ਉਹਨੇ ਗਦੌਰੀਆਂ ਹੋਈਆਂ ਨਾ ਕੁਛ ਹੋਇਆ ਵਾ। ਤਾਂ ਜਦੋਂ ਵੀ ਕਿਤੇ ਮਾਰ ਪੈਂਦੀ ਆ ਉਦੋਂ ਕਿਸਾਨ ਇਹਨਾਂ ਨੂੰ ਅੰਨ ਦਾਤਾ ਜਾਪਦਾ, ਇਹ ਅੰਨ ਦਾਤਾ ਪਤਾ ਕਿੱਦਾਂ ਦਾ ਲੱਭਦੇ ਆ? ਤੁਸੀਂ ਕਿਤੇ ਕਿਸਾਨ ਨਿਧੀ 'ਤੇ ਜਿਹੜੀ ਆ ਯੋਜਨਾ ਚੱਲਦੀ ਆ 2,000 ਰੁਪਈਆ ਨਾ 500 ਰੁਪਈਆ ਕਿ ਜ਼ਿਮੀਂਦਾਰ ਨੂੰ ਖਾਤੇ 'ਚ ਪਾਉਂਦੇ ਆ 6 ਮਹੀਨੇ ਮਹੀਨੇ ਦਾ 500 ਰੁਪਈਆ, 500 ਰੁਪਈਏ ਦਾ ਅੱਜ ਕੱਲ੍ਹ ਇੱਥੋਂ ਚੱਲ ਜਾਓ ਕੀ ਆਉਂਦਾ ਵਾ? ਤਰਲੋਂ ਪਾਇਆ ਜਾਂਦਾ, ਮੈਂ ਤੁਹਾਨੂੰ ਦੱਸਣ ਲੱਗਾ ਅੰਨਦਾਤਾ ਪਤਾ ਕਿਹੜਾ ਲੰਬਦੇ ਆ। ਜਦੋਂ ਕਿਤੇ ਤੁਸੀਂ ਇਹਨਾਂ ਦੀਆਂ ਰੈਲੀਆਂ ਵੇਖੋ ਨਾ ਅੰਨਦਾਤੇ ਵਾਲੀਆਂ, ਉਹਦੇ ਪਿੱਛੇ ਜੱਟ ਦੇ ਉੱਤੇ ਕੱਪੜਾ ਨਹੀਂ ਹੁੰਦਾ, ਨੰਗਾ ਹੁੰਦਾ ਵਾ, ਹੱਲ ਉਹਦੇ ਮੋਢੇ 'ਤੇ ਰੱਖੀ ਹੁੰਦੀ, ਜਿਹੜੀ ਪੁਰਾਣੀ ਅੱਜ ਤੋਂ ਆਪਾਂ 50 ਸਾਲ ਸਾਡੇ ਪਹਿਲਾਂ ਬਜ਼ੁਰਗ ਵਾਹੁੰਦੇ ਸੀ, ਉਹ ਹੱਲ ਅੱਜ ਵੀ ਉਹਦੇ ਮੋਢੇ 'ਤੇ ਹੁੰਦੀ ਆ। ਇਹ ਉਹ ਅੰਨਦਾਤਾ ਲੱਭਦੇ ਆ ਵੀ ਨਾ ਅੰਨਦਾਤਾ ਅੱਜ ਵੀ ਭੁੱਖਾ ਨੰਗਾ ਉੱਦਾਂ ਦਾ ਹੀ ਤੁਰਿਆ ਫਿਰੇ, ਇਹ ਜੱਟ ਨੂੰ ਕੱਪੜੇ ਪਾਉਣ ਦੀ ਇਜਾਜ਼ਤ ਨਹੀਂ ਹੈਗੀ ਇਹਨਾਂ ਦੇ ਕਾਗਜ਼ਾਂ 'ਚ। ਇਹ ਜਦੋਂ ਅਸੀਂ ਚੰਗਾ ਕੱਪੜਾ ਪਾਉਂਦੇ ਹਾਂ ਜਾਂ ਚੰਗੀ ਗੱਡੀ 'ਤੇ ਚੜ੍ਹਦੇ ਹਾਂ ਜਾਂ ਚੰਗਾ ਟਰੈਕਟਰ ਲੈਂਦੇ ਹਾਂ, ਆਉਂਦੇ ਇਹ ਜੱਟ ਕਿਸਾਨ ਕਿੱਧਰੋਂ ਨੇ? ਇਹਨਾਂ ਬ੍ਰਾਂਡਡ ਕੱਪੜੇ ਪਾਏ, ਕੀ ਗੱਲ ਜ਼ਿਮੀਂਦਾਰ ਮਿਹਨਤ ਨਹੀਂ ਕਰਦਾ? ਉਹ ਨੰਗਾ ਫਿਰੇ, ਅਤੇ ਇਹ ਜਿਹਨਾਂ ਨੂੰ ਕਮਾ ਕੇ ਦਿੰਦਾ ਇਹਨਾਂ ਦੇ ਢਿੱਡ ਪਾਲਦਾ, ਫੈਕਟਰੀਆਂ ਇਹਨਾਂ ਦੀਆਂ ਸਾਡੇ ਸਰੋਂਦੀਆਂ ਚੱਲਣ, ਅਤੇ ਉਹ ਬ੍ਰਾਂਡਡ ਕੱਪੜੇ ਪਾਉਣ ਦੇ ਹੱਕਦਾਰ ਆ, ਉਹ ਗੱਡੀਆਂ ਫਿਰਨ ਦੇ ਹੱਕਦਾਰ ਆ, ਕੀ ਗੱਲ ਜ਼ਿਮੀਂਦਾਰ ਜਿਹੜਾ ਆਪਣਾ ਕੱਪੜੇ ਪਾਉਂਦਾ ਹੱਕਦਾਰ? ਨਹੀਂ, ਮੰਗ ਰੱਖਦੇ ਹਾਂ ਵੀ ਜਿਹੜੇ ਮੁਆਵਜ਼ੇ ਆ ਉਹ ਬਣਦੇ, ਜੋ ਮੁਆਵਜ਼ਾ ਸਹੀ ਆ, 50 ਤੋਂ 60,000 ਰੁਪਇਆ ਕਿੱਲੇ ਦਾ ਨੁਕਸਾਨ ਆ ਜ਼ਿਮੀਂਦਾਰ ਦਾ, ਉਹਦੇ ਖਾਤਿਆਂ 'ਚ ਪਾਇਆ ਜਾਵੇ, ਉਹਦੀਆਂ ਲਿਮਟਾਂ ਦੇ ਜੇ ਨਹੀਂ ਪਾਉਣੇ ਉਹਨਾਂ ਦੀਆਂ ਲਿਮਟਾਂ ਦੇ ਵਿਆਜ ਛੱਡੇ ਜਾਣ, ਉਹਨਾਂ ਦੀਆਂ ਲਿਮਟਾਂ ਐਕਸਟੈਂਡ ਕੀਤੀਆਂ ਜਾਣ ਵੀ ਅੱਜ ਕੱਲ੍ਹ ਤੁਸੀਂ ਵਿਆਜ ਨਾ ਤਾਰੋ, ਅਗਲੇ ਸਾਲ ਤਾਰੋ, ਤੁਹਾਨੂੰ ਕੋਈ ਜੁਰਮਾਨਾ ਨਹੀਂ ਪਏਗਾ, ਅਸੀਂ ਇਹ ਮੰਗਾਂ ਰੱਖਦੇ ਹਾਂ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜਥੇਬੰਦੀ ਆ ਸਾਡੀ, ਮੈਂ ਬਲਾਕ ਪ੍ਰਧਾਨ ਹਾਂ ਕਾਦੀਆਂ ਰਣਜੋਤ ਸਿੰਘ ਰੰਧਾਵਾ। ਖਰਾਬਾ ਦੇਣਾ ਉਹਦੇ ਵਿੱਚੋਂ ਦਸਵਾਂ ਹਿੱਸਾ, ਜਿੱਦਾਂ ਕਿ ਇੱਕ ਸਾਡੇ ਪ੍ਰਧਾਨ ਜੀ ਬੋਲਦੇ ਆ ਵੀ ਅਸੀਂ ਦਸਵਾਂ ਹਿੱਸਾ ਦੇਣਾ ਵਾ ਮਜ਼ਦੂਰ ਨੂੰ, ਸਾਨੂੰ ਕੋਈ ਇਤਰਾਜ਼ ਨਹੀਂ ਦੇਣ, ਪਰ ਸਾਡੇ ਵਿੱਚ ਇਹਨਾਂ ਨੂੰ ਨਾ ਘਸੋੜਨ। ਜੇ ਝੋਨਾ ਪਹਿਲਾਂ ਲੱਗਾ ਤਾਂ ਇਹਨਾਂ ਆਪਣੇ ਪੈਸੇ ਲੈ ਲਏ ਆ, ਜੇ ਦੁਬਾਰਾ ਝੋਨਾ ਲੱਗਣਾ ਤਾਂ ਉਹ ਇਹਨਾਂ ਲੈ ਲੈਣੇ ਆ। ਜਿਹੜਾ ਖਰਾਬਾ ਹੋਇਆ ਵਾ ਜੱਟਦਾ ਹੋਇਆ, ਜੇ ਇਹਨਾਂ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੋਇਆ ਵਾ ਮਜ਼ਦੂਰਾਂ ਦਾ ਤਾਂ ਆਪਣੇ ਕੋਲੋਂ ਦੇ ਦੇਣ, ਸਾਨੂੰ ਕੋਈ ਇਤਰਾਜ਼ ਨਹੀਂ। ਕਿਉਂਕਿ ਮਜ਼ਦੂਰ ਮੈਂ ਸਮਝਦਾ ਹਾਂ ਵੀ ਸਾਡੇ ਨੇ, ਪਰ ਵੀ ਸਾਡਾ ਇਹਨਾਂ ਦੇ ਬਗੈਰ ਗੁਜ਼ਾਰਾ ਨਹੀਂ ਗਾ, ਪਰ ਜੇ ਸਰਕਾਰ ਨੇ ਕੋਈ ਇਹਨਾਂ ਨੂੰ ਦੇਣਾ, ਜੋ ਇਹਨਾਂ ਦਾ ਨੁਕਸਾਨ ਹੋਇਆ ਉਹ ਦੇਣ, ਸਾਡੇ ਵਿੱਚ ਨਾ ਘਸੋੜਨ। ਦੂਜੀ ਇਸ ਵਾਸਤੇ ਭਰਾਓ ਮੈਂ ਬੇਨਤੀ ਕਰਨਾ ਸਰਕਾਰ ਨੂੰ, ਬਈ ਕਣਕ ਦੂਜਾ ਝੋਨਾ ਤਾਂ ਲਾਓ ਹੀ ਨਾ, ਮੈਂ ਬੇਨਤੀ ਕਰਨਾ ਕਿਸਾਨਾਂ ਨੂੰ ਬਿਲਕੁਲ ਝੋਨਾ ਨਾ ਲਾਓ, ਤੁਹਾਡੀ ਕਣਕ ਵੀ ਨਹੀਂ ਜੇ ਹੋਣੀ ਕੋਈ ਗੱਲ ਨਹੀਂ, ਜੇ ਫਸਲ ਮਾਰੀ ਗਈ ਆ ਤਾਂ ਕੋਈ ਗੱਲ ਨਹੀਂ ਗੀ, ਬਿਲਕੁਲ ਇਹਨਾਂ ਦੇ
नहीं नहीं उतो तो कोई अज तक फार्मूला नहीं आया। एड्डी वड्डी लोगों के नुकसान हो गए ने जानी ते माली। हाँ जी ये देश ने भुखा मरना वा। जे पंजाब भुखा मरिया तो इन्हों समझ आ जाएगी इनू सेंटर नू भी असी पंजाब तो की लेने तो हम देन की डे हाँ, क्योंकि रब्बी आफत जिहड़ी आ इह सरकारी हुंदी आ। इह रब्बी आफत दा इह बैठ कढ़दे आ, पर मैनू नहीं मैद को कढ़िया होवे अज तक। सानू नहीं अज तक इस गल का कोई पता लगा कोई दिता जां नहीं दिता। मेरा ख्याल है नहीं दिता। कोई टीम नहीं आई अज तक, कोई टीम नहीं आई उतों सेंटर के विचों आन के मुआयना करन दे वास्ते।